ਮੇਰੇ ਨਬੀ ਕਰੀਮ ਸੱਲ ਸੱਲਮ ਦੇ ਨਾਲ
Terus beper wali. Desus sajuti. Ujikan subhanallah. ਇਸ ਤਰ੍ਹਾਂ ਕਰੋੜ ਦੇ ਬਾਰੇ
ਜਿਹਦੇ ਥੱਲੇ ਬੈਠੇ ਹੈ ਸੋਹਣੇ ਪੁੱਠੇ ਪੁੱਠੇ ਸਾਡੇ ਆਰਾਮ ਕਰ ਰਹੇ ਨੇ, ਚਿਹਰੇ ਨਾਲ ਕਮਰਾ ਰੋਸ਼ਨ ਹੈ। ਅੰਮਾ ਹਜੀ ਫਰਮਾਉਂਦੀ ਨੇ ਮੈਂ ਇੰਜ ਵੇਖਿਆ ਬਸ ਆਸ਼ਿਕ ਹੋ ਗਈ, ਮੁਹੱਬਤ ਜੁਕਾ ਬਦਲ ਗਿਆ, ਨਬੀ ਦੀ ਦੀਵਾਨੀ ਹੋ ਗਈ ਹੈ। ਮੈਂ ਕਹਿ ਰਹੀ ਬਾਤ ਕੋਈ ਹੋ ਰਿਹਾ ਇਹ ਮੈਂ ਕੀ ਕਹਿਣਾ, ਬੋਲੋ ਤੋ ਸੁਭਾਨ। ਆਓ ਰਾਤ ਵੇਲੇ ਕੋਈ ਮਾਂ ਵਾਲੇ ਆ ਫਰਮਾਉਂਦੀਆਂ ਨੇ ਮੈਂ ਇਹ ਹੱਥ ਰੱਖਿਆ ਸੀਨੇ ਸਰਦਾਰ ਦੇ ਸੀਨੇ ਲਖਨਸ਼ਕਰ ਵਾਲੇ ਸੀਨੇ ਹੱਥ ਰੱਖਿਆ ਨਬੀ ਦੇ ਅੱਖਾਂ ਖੋਲੀਆਂ ਮਸੂਰਾ ਨਬੀ ਮੁਸਕੁਰਾਏ, ਨਬੀ ਦੀ ਮੁਸਕੁਰਾਹਟ ਨੇ ਕਿਹਾ ਅੰਮਾ ਆਉਣੀ ਸੁਭਾਨ ਅੱਲਾਹ। ਤੇ ਆ ਫਰਮਾਉਂਦੇ ਨੇ ਮੈਂ ਇਜਾਜ਼ਤ ਲੈ ਕੇ ਸਰਕਾਰ ਦੀ ਗੋਦੀ ਚ ਗਿਆ। ਆ ਫਿਰ ਮੰਜ਼ਰ ਕੈਸਾ ਹੋਇਆ ਸੁਭਾਨ ਅੱਲਾਹ, ਮੈਂ ਕਹਿੰਦਾ ਬਾਦ ਮੈਂ ਤੇਰੇ ਬਦਲ ਸਾਂ ਇਹ ਨੂੰ ਉਠਾ ਕੇ ਗੋਦ ਚ ਲੈ ਕੇ ਤੂੰ ਸੀਨੇ ਨਾਲ ਲਾਇਆ ਤੇ ਬੰਦੇ ਨੂੰ ਪੇਸ਼ ਕੀਤਾ ਸੁਭਾਨ ਅੱਲਾਹ। ਸੱਜੇ ਪਾਸੇ ਉੱਚੀ ਗੋਦ ਸੁਭਾਨ ਅੱਲਾਹ, ਸਰਕਾਰ ਨਾਮ ਸਰੂ ਮੈਨੂੰ ਸਾਬਤ ਕਰ ਸਾਰੀ ਜ਼ਿੰਦਗੀ ਅੰਮਾ ਹਲੀਮਾ ਦਾ ਦੁੱਧ ਨੋਸ਼ ਕੀਤਾ ਤੇ ਸੱਜੇ ਪਾਸੇ ਕੁਰਬਾਨ ਦਾ ਨੋਸ਼ ਫਰਮਾਇਆ, ਇਸ ਲਈ ਕਿ ਅੰਮਾ ਹਲੀਮਾ ਦਾ ਇੱਕ ਹੋਰ ਮੁਖਤਸਰ ਕਰਨੇ ਵਕਤ ਨੇੜੇ ਆਖਾ ਦੀਆਂ ਗੁਲਾਮਾਂ ਦਾ ਤਵੱਜੋ ਕਰਿਆ ਜੀ ਮਨ ਵਾਲੇ ਆ ਫਰਮਾਉਂਦੀਆਂ ਨੇ ਮੈਂ ਜਨਾਬ ਮੁਹੰਮਦ ਦੇ ਸਰਕਾਰ ਨੂੰ ਲਿਆ ਲੈ ਕੇ ਤੇ ਕੁਰਬਾਨ ਜਵਾਂ ਆਈ ਆ ਮੇਰਾ ਸਾਮਨ ਬਾਰ ਉਠਦੀ ਕੋਲ ਬੈਠਾ ਹੋਇਆ ਨਵਾਰ ਕਰ ਲਿਆ। ਜਦੋਂ ਮੈਂ ਆਈ ਆ ਉਠਦੀ ਬੜੀ ਮਾੜੀ ਸੀ ਦੁੱਧ ਦਿੰਦੀ ਨਹੀਂ ਸੀ, ਜਦੋਂ ਮੈਂ ਪਹੁੰਚੀ ਆ ਵੇਖਿਆ ਕਿੰਨਾ ਦੁੱਧਾ ਤੇਰੇ ਸਾਹਮਣੇ ਪਿੱਛੇ ਨਹੀਂ ਰਿਹਾ ਤੇਰੇ ਸਾਹਮਣੇ ਪਿੱਛੇ
ਉੱਥੇ ਕਿਵੇਂ ਬੈਠਦਾ ਆਵਾਜ਼ਾਂ ਇਹ ਲਿਖਾਂ ਅੰਗੇ ਲੈ ਕੇ ਮੈਂ ਸੁਭਾਨ ਅੱਲਾਹ ਅੱਜ ਸਾਹਮਣੇ ਪਿੱਛੇ ਬਾਹਰ ਤੇ ਹੁਣ ਉੱਠ ਨਹੀਂ ਚੱਲਦੀ ਹੈ